ਚਾਰ ਖੇਤਾਂ 'ਚ ਕੰਮ ਕਰਦੇ ਨੇ, ਕੁਝ ਐਨ ਆਰ ਆਈਜ਼ ਨੇ ਔਰ ਇੱਥੋਂ ਦੀਆਂ ਸਵਾਣੀਆਂ ਉਹਨਾਂ ਨੇ ਖਾਸ ਤੌਰ 'ਤੇ ਇਹ ਪ੍ਰਣ ਕੀਤਾ ਕਿ ਅਸੀਂ ਵੀ ਸਵੈ ਨਿਰਭਰ ਜਿਹੜਾ ਉਹ ਹੋਣਾ, ਜੇ ਇੱਕ ਪਾਸੇ ਡੇਅਰੀ ਦਾ ਕੰਮ ਹੈ ਅਤੇ ਦੂਜੇ ਪਾਸੇ ਸਿਲਾਈ ਕਢਾਈ ਦਾ, ਅਗਰ ਔਰਤਾਂ ਜਿਹੜੀਆਂ ਨੇ ਇਸੇ ਤਰ੍ਹਾਂ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਸਵੈ ਨਿਰਭਰ ਹੋਣਾ ਪਏਗਾ ਔਰ ਸਵੈ ਨਿਰਭਰਤਾ ਵਾਸਤੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਪਏਗਾ। ਮੈਂ ਮਨਜੀਤ ਸਿੰਘ ਬਿਲਕੁਲ ਪ੍ਰੈਗਨੈਂਟ ਯੂਥ ਐਕਸ ਮੈਂਬਰ ਪੰਚਾਇਤ, ਅੱਜ ਇੱਥੇ ਬੜਾ ਮਾਣ ਮਹਿਸੂਸ ਕਰ ਰਿਹਾ ਆਪਣੇ ਪਿੰਡ ਦੇ ਲਈ ਕਿ ਜੋ ਮੇਰੇ ਪਿੰਡ ਦੇ ਨੌਜਵਾਨ ਆ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਬਜ਼ੁਰਗਾਂ ਤੋਂ ਸੇਧ ਲੈਂਦੇ ਹੋਏ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਪਿੰਡ ਦਾ ਨਾਂ ਰੋਸ਼ਨ ਕਰ ਰਹੇ ਹਨ, ਜਿੱਥੇ ਕਿ ਇਹ ਵੱਖ ਵੱਖ ਖੇਡਾਂ ਫੁੱਟਬਾਲ, ਕਬੱਡੀ, ਰੱਸਾਕਸ਼ੀ, ਘੋਲ, ਹਾਕੀ, ਭਲਵਾਨੀ ਦੇ ਖੇਤਰ ਵਿੱਚ ਮੱਲਾਂ ਮਾਰ ਕੇ ਅੱਜ ਵੀ ਉਹ ਇਸ ਸਾਡੇ ਪਿੰਡ ਦਾ ਨਾਂ ਦੇਸ਼ਾਂ ਵਿਦੇਸ਼ਾਂ ਵਿੱਚ ਰੋਸ਼ਨ ਕਰ ਰਹੇ ਨੇ। ਸਾਡੇ ਪਿੰਡ ਦੇ ਨਾਮਵਰ ਖਿਡਾਰੀ ਪੁਰਾਣੇ ਅਤੇ ਹੁਣ ਦੀ ਨਵੀਂ ਦੇ ਪੀੜ੍ਹੀ ਦੇ ਜੋ ਵਿਦੇਸ਼ਾਂ ਵਿੱਚ ਖੇਡ ਕੇ ਆਏ ਹਨ ਅਤੇ ਸਾਨੂੰ ਉਹਨਾਂ 'ਤੇ ਮਾਣ ਹੈ ਕਿ ਉਹ ਆਪਣੇ ਬਜ਼ੁਰਗਾਂ ਤੋਂ ਐਨ ਸਹੀ ਤਰੀਕੇ ਦੇ ਨਾਲ ਸੇਧ ਲੈ ਕੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਸਾਡੇ ਪਿੰਡ ਦਾ ਨਾਂ ਰੋਸ਼ਨ ਕਰ ਰਹੇ ਆ ਅਤੇ ਨਸ਼ਾ ਦੂਰ ਹਨ। ਮੈਂ ਆਸ ਕਰਦਾ ਹਾਂ ਕਿ ਉਹ ਦਿਨ ਦੂਰ ਨਹੀਂ ਹੈ ਕਿ ਜਿਸ ਦਿਨ ਮੇਰੇ ਪਿੰਡ ਦਾ ਨਾਂ ਦੇਸ਼ਾਂ ਵਿਦੇਸ਼ਾਂ ਕੀ ਸਾਰੇ ਵਰਲਡ ਦੇ ਵਿੱਚ ਆਏਗਾ ਅਤੇ ਮੈਂ ਜਿੱਦਾਂ ਹੁਣ ਮਾਣ ਨਾਲ ਕਹਿੰਦਾ ਅਤੇ ਫਿਰ ਵੀ ਕਹਿ ਸਕਾਂਗਾ ਕਿ ਆਇਆ ਮੇਰਾ ਪਿੰਡ ਵੇਖ ਲੈ। ਮਿਹਨਤਾਂ ਕਰਕੇ ਇਸ ਪਿੰਡ ਦੀ ਹਰ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦਾ ਯਤਨ ਕਰਦੇ ਹਾਂ। ਅਸੀਂ ਮਿਡਲ ਈਸਟ ਵਿੱਚ ਵੀ ਰਹਿੰਦੇ ਹਾਂ, ਯੂਰਪ ਵਿੱਚ ਵੀ ਰਹਿੰਦੇ ਹਾਂ, ਆਸਟ੍ਰੇਲੀਆ 'ਚ ਰਹਿੰਦੇ ਹਾਂ, ਕੈਨੇਡਾ 'ਚ ਰਹਿੰਦੇ ਹਾਂ, ਮੈਂ ਕੈਨੇਡਾ 'ਚ ਰਹਿੰਦਾ, ਇਹ ਇੰਗਲੈਂਡ 'ਚ ਰਹਿੰਦੇ ਆ, ਇਹ ਫਿਲੀਪੀਨ 'ਚ ਰਹਿੰਦੇ ਆ। ਇਹਨੇ ਬੜਾ ਯੋਗਦਾਨ ਪਾਇਆ, ਇਹਨਾਂ ਨੇ ਇਸ ਪਿੰਡ ਵਿੱਚ ਇੰਨੀ ਜ਼ਿਆਦਾ ਮਦਦ ਕੀਤੀ ਆ ਕਿ 20-25 ਲੱਖ ਰੁਪਈਆ ਪਿੰਡ ਵਿੱਚ ਡਿਵੈਲਪਮੈਂਟ ਲਈ ਕੀਤਾ। ਜਦੋਂ ਵੀ ਕਿਸੇ ਪਿੰਡ ਦਾ ਸਾਨੂੰ ਪਿੰਡੋਂ ਕੋਈ ਸੁਨੇਹਾ ਜਾਂਦਾ ਜਾਂ ਟੈਲੀਫੋਨ ਜਾਂਦਾ ਕਿ ਅਸੀਂ ਆਹ ਇੱਕ ਪ੍ਰਪੋਜ਼ਲ ਬਣਾ ਰਹੀ ਆ ਅਤੇ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਆਪਣੇ ਮੁਲਕ ਵਿੱਚ ਪੈਸੇ ਇਕੱਠੇ